ਨਾ ਬਾਈ ਐ ਨਾ ਕਹਿ, ਤੇਰਾ ਪੁੱਤ ਆ ਸਾਡਾ ਵੀ ਭਰਾ ਵਾ, ਤੇਰਾ ਕਿਹੜਾ ਮਨ ਖੁਸ਼ ਹੁੰਦਾ ਹੋਣਾ ਇਹਨੂੰ ਬੰਨ ਕੇ? ਦੁੱਖ ਤਾਂ ਲੱਗਦਾ ਹੀ ਹੈ, ਕੋਈ ਬੰਦਾ ਆਪਦੇ ਪੁੱਤ ਨੂੰ, ਮਜਬੂਰੀ ਰਹੀ ਹੋਊ ਕੋਈ ਤਾਂ ਹੀ ਸੰਗਤ ਲਾ ਕੇ ਲਿਆਇਆ, ਅਸੀਂ ਤਾਂ ਅਰਦਾਸ ਕਰਦੇ ਹਾਂ ਠੀਕ ਹੋ ਜਾਵੇ। ਠੀਕ ਹੈ ਪੁੱਤ, ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪ ਹੱਥ ਚ ਡੰਡਾ ਫੜਿਆ, ਇੱਕ ਚ ਸੰਗਲ ਫੜਿਆ, ਆਪਣੇ ਪੁੱਤ ਨੂੰ ਜਿਹੜਾ ਸਲੂਨ ਦਾ ਕੰਮ ਕਰਦਾ, ਹੇਅਰ ਕਟਿੰਗ ਦਾ ਕੰਮ ਕਰਦਾ, ਪੂਰਾ ਵਧੀਆ ਕਾਰੀਗਰ ਆ, ਨਾਲ ਭਰਾ ਆਇਆ ਹੁਣ 7-8 ਮਹੀਨਿਆਂ ਤੋਂ ਅਪਸੈਟ ਹੋ ਗਿਆ ਬਹੁਤ ਜ਼ਿਆਦਾ, ਬਸ ਐਸੀ ਕੋਈ ਬੁੱਧੀ ਭ੍ਰਸ਼ਟ ਹੋਈ। ਪੰਜਾਬ ਦੇ ਵਿੱਚ 6ਵਾਂ ਦਰਿਆ ਵਗਦਾ ਜਿਹੜਾ ਨਸ਼ਿਆਂ ਦਾ, ਉਹਦੇ ਚ ਲਿਪਤ ਹੋ ਗਿਆ। ਭੰਗ ਨੇ ਦਿਮਾਗ ਹੀ ਚੱਕਤਾ। ਭੰਗ ਪੀਣ ਵਾਲੇ ਮੇਰੇ ਵੀਰਾਂ ਨੂੰ ਬੇਨਤੀ ਹੈ, ਭਰਾਵੋ ਹਾਲਾਤ ਵੱਧ ਤੋਂ ਬਦਤਰ ਹੋ ਜਾਂਦੇ, ਕਈ ਵਾਰੀ ਆਪਣੇ ਕੰਟਰੋਲ ਚ ਨਹੀਂ ਰਹਿੰਦੇ। ਅੱਜ ਇਹ ਨੌਜਵਾਨ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਆ ਵੀ ਇਸ ਗਲਤੀ ਦੀ ਕੀ ਯਾਨੀ ਕਿ ਖਮਿਆਜਾ ਕੀ ਭੁਗਤਣਾ ਪੈਂਦਾ। ਪਰ ਅਰਦਾਸ ਕਰਿਓ ਕਿ ਵੀਰ ਮੇਰਾ ਠੀਕ ਹੋ ਜਾਵੇ। ਗਲੇ ਤੇ ਵੀਰ ਨੇ ਲਿਖਿਆ ਹੋਇਆ ਉਸਤਾਦ ਜਾਦਾ ਸੌਖਾਪੁਰੀਆ। ਵੀਰ ਕਬੱਡੀ ਪਲੇਅਰ ਆ, ਜਾਦਾ ਬਹੁਤ ਵਧੀਆ ਪਲੇਅਰ ਆ ਬਾਈ, ਉਹਨੂੰ ਬਾਈ ਕਹਿੰਦਾ ਮੈਂ ਉਸਤਾਦ ਮੰਨਦਾ, ਕਬੱਡੀ ਦਾ ਪਲੇਅਰ ਸੀ। ਕੋਈ ਨਾ ਬਾਈ, ਵਾਹਿਗੁਰੂ ਮਿਹਰ ਕਰਦੇ, ਚੜ੍ਹਦੀ ਕਲਾ ਬਖਸ਼, ਤੂੰ ਦੁਬਾਰਾ ਠੀਕ ਹੋ ਕੇ ਦੁਬਾਰਾ ਸਾਰੇ ਕੰਮ ਕਰਦੇ। ਅੱਛਾ, ਪਰ ਹੁਣ ਗਲਤੀ ਨੀ ਕਰਨੀ, ਸਿਗਰਟਾਂ ਨੀ ਪੁੱਤ ਪੀਣੀਆਂ, ਅੱਜ ਪੀ ਕੇ ਹੁਣ ਨੀ ਪੀਣੀ, ਨਹੀਂ ਪੀਤੀ, ਝੂਠ ਬੋਲਦਾ, ਝੂਠ ਬੋਲੋ, ਬੰਦ ਕਰਨਾ ਸਾਰਾ, ਇਹਨੂੰ ਬੰਦਾ ਬਣਾਉਣਾ ਜੀ। ਕੋਈ ਨਾ, ਵਾਹਿਗੁਰੂ ਮਿਹਰ ਕਰਦਾ, ਅੰਦਰ ਲੈ ਕੇ ਚੱਲੋ, ਉੱਥੇ ਬਿਠਾ। ਹਾਂਜੀ, ਸਤਿ ਸ੍ਰੀ ਅਕਾਲ ਬਾਪੂ, ਕੀ ਹਾਲ ਨੇ? ਆ ਬੇਬੇ ਸੰਗਲ ਨਾਲ ਬੰਨੀ ਫਿਰਦੀ ਹੈ ਤੈਨੂੰ? ਕੀ ਨਾਂ ਤੇਰਾ? ਤਿਲਕ ਰਾਜ। ਤਿਲਕੇ ਬਾਬੇ ਕਿਉਂ ਦਾ ਬੰਦਾ ਹੈ ਬੇਬੇ, ਇਹਨੂੰ ਬੰਨਿਆ ਕਾਹਤੋਂ ਆ? ਕਿੱਥੋਂ ਆਏ ਹੋ? ਨੁਸ਼ਹਿਰਾ ਪਨੂਆ। ਇਹਦੇ ਬੱਚੇ ਕਿੰਨੇ ਆ? ਅੱਛਾ, ਉਹਦੀ ਲੱਤ ਕੱਟੀ ਆ। ਦੋ ਮੁੰਡੇ ਦੇ ਉਹ ਆਏ ਨਾਲ? ਤੁਹਾਡੇ ਬੇਟੇ ਨਹੀਂ ਆਏ ਨਾਲ? ਅੱਛਾ, ਮੰਨਦੇ ਨੀ, ਬਿਮਾਰ ਨੇ ਉਹ ਵੀ। ਹੁਣ ਇਹਨੂੰ ਆਪਾਂ ਥੋੜੇ ਦਿਨ ਇੱਥੇ ਦਾਖਲ ਕਰ ਲਈਏ, ਤੂੰ ਨਾਲ ਰਹੇਗੀ? ਇੱਥੇ ਰਹਿ ਪੈਗੀ? ਹਾਂ, ਆਪਾਂ ਇਹਨੂੰ ਦਾਖਲ ਕਰ ਲੈਣੇ ਇੱਥੇ ਬਾਪੂ। ਠੀਕ ਆ, ਨਸ਼ਹਿਰਾ ਪੰਨੂਆ ਤੋਂ ਆਏ? ਇਹ ਕੀ ਕੰਮ ਕਰਦਾ ਸੀ ਪਹਿਲਾਂ? ਟਰੱਕ ਡਰਾਈਵਰ ਵੀ ਰਿਹਾ, ਫਿਰ ਇਹਦੀ ਵੀ ਲੱਤ ਟੁੱਟ ਗਈ, ਰਾੜਾਂ ਪਈਆਂ। ਤਿਲਕ ਰਾਜ, ਕੀ ਹਾਲ ਨੇ? ਤਿਲਕ ਰਾਜ, ਉਹ ਕੀ ਹਾਲ ਨੇ? ਠੀਕ ਹੈ ਸਰ। ਬੰਦਾ ਯਾਰ ਤੂੰ ਵਧੀਆ, ਗ੍ਰੇਟ ਆ। ਹੁਣ ਸਰ ਮੈਂ ਅੱਜ ਹੀ ਬਣੀ ਤਾਂ ਆਇਆ ਬਸ਼ੀਰਵਾਲ। ਹੁਣ ਮੈਨੂੰ ਬੋਲ ਲੈਣ ਦੇ, ਠੀਕ ਆ? ਠੀਕ ਹੈ। ਤਿਲਕ ਰਾਜ ਬਾਬਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜੀ ਤਿਲਕ ਰਾਜ ਬਾਬਾ ਸਾਡੇ ਕੋਲ ਅੱਜ ਆਇਆ ਆਪਣੀ ਧਰਮ ਪਤਨੀ ਨਾਲ, ਤੇ ਉਹ ਪਤਨੀ ਜਿਹਨੇ ਫੇਰੇ ਲਏ ਸੀ ਤੇ ਜਿਹਨੇ ਆਪਣੇ ਪਤੀ ਦੀ ਉਹ ਲੜ ਫੜ ਕੇ ਚੁੰਨੀ ਫੜ ਕੇ ਪਿੱਛੇ 7 ਫੇਰੇ ਲਏ ਸੀ, ਅੱਜ ਉਹ ਆਪਣੇ ਪਤੀ ਨੂੰ ਗਿੱਟੇ ਨਾਲ ਸੰਗਲ ਬੰਨ ਕੇ ਲਈ ਫਿਰਦੀ ਹੈ। ਅਰਦਾਸ ਕਰਿਓ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਜੀ ਉਹ ਭਗਵਾਨ ਕਿਰਪਾ ਕਰਨ। ਇਸ ਤਰ੍ਹਾਂ ਦੇ ਲੋਕ ਸਾਧ ਬਿਰਤੀ ਦੇ ਬੰਦੇ, ਸਾਧੂ ਬੰਦੇ, ਤੇ ਸਾਡੇ ਲੋਕ ਇਹਨਾਂ ਨਾਲ ਮਜ਼ਾਕ ਉਡਾਉਂਦੇ ਨੇ, ਮਜ਼ਾਕ ਦਾ ਪਾਤਰ ਬਣਾ ਦਿੰਦੇ ਨੇ ਇਹਨਾਂ ਨੂੰ, ਇਹਨਾਂ ਨੂੰ ਗਲੀਆਂ ਦੇ ਵਿੱਚ ਇਹਨਾਂ ਦਾ ਜੀਣਾ ਦੁੱਭਰ ਕਰ ਦਿੰਦੇ ਨੇ ਲੋਕ। ਬਸ ਅਰਦਾਸ ਕਰਿਓ ਤਿਲਕ ਰਾਜ ਬਾਬਾ ਇੱਥੋਂ ਠੀਕ ਹੋ ਕੇ ਜਾਵੇ। ਮਾਂ ਦੱਸਦੀ ਹੈ ਇਹਦੇ ਦੋ ਪੁੱਤ ਆ ਉਹ ਵੀ ਠੀਕ ਨਹੀਂ ਹੈਗੇ, ਇੱਕ ਲੱਤ ਹੈ ਨੀ ਵੱਜੋ ਲੱਤਾਂ ਵਾ, ਇੱਕ ਊਂ ਦਿਮਾਗ ਤੋਂ ਠੀਕ ਨਹੀਂ। ਤੇ ਮਾਂ ਨਸ਼ਹਿਰਾ ਪੰਨੂਆਂ ਤੋਂ ਲੈ ਕੇ ਆਈ ਆਪਦੇ ਘਰ ਵਾਲੇ ਨੂੰ। ਬਸ ਦੁਆ ਕਰਿਓ ਬਾਪੂ ਤਗੜਾ ਹੋ ਜਾਵੇ, ਤੰਦਰੁਸਤ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਬੇਬੇ ਉੱਥੇ ਬਿਠਾ ਲਓ, ਲੈ ਕੇ ਚੱਲੋ ਨਾਲ। ਜਦੋਂ ਨਾ ਆਪਾਂ ਏਦਾਂ ਦੇ ਪੇਸ਼ੈਂਟ ਚੈੱਕਅਪ ਲਈ ਭੇਜਦੇ ਹਾਂ ਉੱਧਰ ਏਦਾਂ ਦੇ, ਨਾਲ ਜਾਵੇ ਕੇ ਆਣਾ ਤੁਹਾਡੇ ਚੋਂ, ਉੱਥੇ ਸਾਰਾ ਰਿਕਾਰਡ ਕਰਨਾ, ਡਾਕਟਰ ਨੇ ਕੀ ਕਿਹਾ ਸਾਰੇ ਗੱਲ ਕਰਨੀ। ਸਾਈਡ ਤੇ ਖੜ ਕੇ ਵਿੱਚ ਨੂੰ ਨਹੀਂ ਵੜਨਾ, ਪਿੱਛੇ ਖੜ ਕੇ ਬਸ ਠੀਕ ਆ। ਜਦੋਂ ਚੈੱਕਅਪ ਲਈ ਲੈ ਕੇ ਜਾਣਾ ਨਾਲ, ਇਹਨੂੰ ਨਾਲ ਲੈ ਕੇ ਜਾਣਾ ਰੋਹਿਤ ਨੂੰ, ਜਦੋਂ ਵੀ ਕੋਈ ਬੰਦਾ ਏਦਾਂ ਦਾ ਜਾਂਦਾ ਠੀਕ ਆ। ਹਾਂਜੀ ਬਾਈ ਕੀ ਹਾਲ ਨੇ ਬਾਈ? ਠੀਕ ਆ, ਸਿਹਤ ਠੀਕ ਆ ਬਾਈ? ਇਹ ਬਾਈ ਕਿੰਨੇ ਕੁ ਟਾਈਮ ਤੋਂ ਐਂ ਕਰ ਰਿਹਾ? ਪਹਿਲਾਂ 17 ਚ ਹੋਇਆ ਸੀ, 6 ਮਹੀਨੇ ਮੈਡੀਕਲ ਚੱਲੀ, ਫਿਰ ਉਸ ਤੋਂ ਬਾਅਦ ਠੀਕ ਹੋਇਆ। ਪ੍ਰਤੀਨਿਧੀ ਅੰਦੋਲਨ ਜਿਹੜੇ ਅਸੀਂ ਇਕੱਠੇ ਜਾਂਦੇ ਰਹੇ ਦਿਲ ਪਰ, ਤਾਂ ਹੁਣ 8-9 ਮਹੀਨਿਆਂ ਤੋਂ। ਕਿੱਥੇ ਜਾਂਦੇ ਰਹੇ? ਕਿੱਥੇ? ਦਿੱਲੀ ਅੰਦੋਲਨ ਚ। ਅੱਛਾ, ਅੰਦੋਲਨ ਚ ਅਸੀਂ ਰਹਿੰਦੇ ਰਹੇ। ਹਾਂ, ਇਹ ਨੋਰਮਲ ਸੀ ਜਿਹਾ ਜਿਵੇਂ ਖਾ ਲਿਆ। ਹੁਣ ਜਾਨੀ ਕਿ 10-11 ਮਹੀਨਿਆਂ ਤੋਂ ਜਾਨੀ ਕਿ ਬੜਾ ਅਫਸਰ ਹੈ, ਲੜਾਈ ਝਗੜਾ ਗੁੱਟ ਮਾਰ ਨਹੀਂ ਨਾ ਕੁਛ ਕੀ ਕਰਦਾ, ਐਂ ਐਂ ਕਰੀ ਜਾਂਦਾ ਜਿਵੇਂ ਕਰ ਰਿਹਾ। ਬਸ ਖੇਤੋਂ ਘਰੇ ਆ ਗਿਆ, ਘਰੋਂ ਦੀ ਜਾਵੜਿਆ ਕਿਤੇ ਜਾ ਕੇ ਨਹੀਂ ਲੱਗਦਾ ਜੀ। ਬਸ ਇੰਦੇ ਲੜਦਾ ਝਗੜਦਾ ਨਹੀਂ? ਨਹੀਂ ਨਹੀਂ। ਅੱਜ ਰੋਟੀ ਪਾਣੀ ਖਾ ਲੈਂਦਾ? ਖਾ ਲੈਂਦਾ। ਉਹ ਵੀ ਜੀ ਆਪਾਂ ਨੂੰ ਦਵਾਈ 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 ਖਾ ਲੂਗਾ, ਖਵਾ ਦੋਗੇ? ਹਾਂ ਪਿਆ ਪਹਿਲਾਂ ਜੂੜਾ ਦਾੜੀ ਰੱਖਿਆ ਸੀ ਕਿਤਾਬ ਦਾ। ਅੱਛਾ, ਮਰਧਾਰੀ ਸਿੰਘ ਜੀ। ਕੋਈ ਨਾ ਮਹਾਰਾਜ ਕਿਰਪਾ ਕਰਨਗੇ, ਦੁਬਾਰਾ ਹੋ ਜੂ ਬਾਈ ਠੀਕ, ਕੋਈ ਦਿੱਕਤ ਵਾਲੀ ਗੱਲ। ਹੁਣ ਅਸੀਂ ਤੁਹਾਨੂੰ ਜੇ ਦਵਾਈ ਦਵਾ ਕੇ ਭੇਜੀਏ ਤੇ ਦਵਾਈ ਖਵਾ ਲਓਗੇ ਨਾ? ਕੋਈ ਨਾ, 10 ਮਿੰਟ ਬੈਠੋ ਨਾ। ਹਾਂ, ਮੈਨੂੰ ਦੱਸਿਆ ਵੀਰੇ ਨੇ, ਮਾਂ ਵੀ ਮੰਜੇ ਤੇ ਪਈ ਆ ਹਨਾ, ਉਹਨੂੰ ਕੀ ਹੋਇਆ? ਅਸੀਂ ਤੁਹਾਡੇ ਭਰਾ ਬਾਈ ਤੁਹਾਡੇ ਨਾਲ ਆ ਹਨਾ, ਜੇ ਤੁਸੀਂ ਜਿਵੇਂ ਠੀਕ ਲੱਗਦਾ ਉਵੇਂ ਕਰ ਲਓ, ਜੇ ਇੱਥੇ ਰੱਖਣਾ ਨਾਲ ਇੱਕ ਨਾ ਰਹਿ ਪਓ, ਇੱਥੇ ਵੀ ਰੱਖ ਲਾਂਗੇ। ਵੈਸੇ ਜੇ ਦਵਾਈ ਖਾ ਲਊ ਘਰੇ ਤਾਂ ਕੋਈ ਦਿੱਕਤ ਨਹੀਂ, ਲੋੜ ਨੀ ਰੱਖਣ ਦੀ, ਘਰੇ ਦਵਾਈ ਖਵਾਓ। ਉਹ ਤਾਂ ਪਰਚੀਆਂ ਦਿਓ ਐਡਮਿਸ਼ਨ ਵਾਲੀਆਂ। ਇੱਕ ਮਿੰਟ ਮਾਂ, ਇੱਕ ਮਿੰਟ ਕਰ ਦੇਗਾ, ਰੁਕ ਜਾਓ, ਕਾਹਲੀ ਨਾ ਕਰਿਆ ਕਰੋ। ਕੀ ਨਾਮ ਵੀਰੇ ਦਾ?
ਹੈ ਅੰਮ੍ਰਿਤਪਾਲ ਸਿੰਘ ਇਹ ਤਾਂ ਸੱਚ ਇਹਦਾ ਦਵਾਈ ਲੈ ਕੇ ਜਾਣੀ ਹੈ ਭਾਈ ਮੈਂ ਇਹ ਪਰਚੀ ਦੂਜਿਆਂ ਦੀ ਐਡਮਿਸ਼ਨ ਵਾਲਿਆਂ ਦੀ ਤੁਸੀਂ ਨਾ ਇਹਦਾ ਚੈੱਕਅਪ ਜਦੋਂ ਉੱਥੇ ਜਾ ਕੇ ਅੰਦਰ ਲੈ ਕੇ ਜਾਓਗੇ ਨਾ ਉੱਥੇ ਗੁਰਧਿਆਨ ਆ ਵੀਰਾ ਮੂਹਰੇ ਡਾਕਟਰ ਦੇ ਕੋਲੇ ਮਿਲੂਗਾ ਆਹ ਪਰਚੀ ਉਹਨੂੰ ਦਿਖਾ ਦਿਓ ਜਾ ਕੇ ਤੁਹਾਨੂੰ ਲੈ ਕੇ ਜਾਂਦੇ ਅੰਦਰ ਆ ਜਾਓ ਚੰਗਾ ਵੀਰੇ ਜੱਫੀ ਦਾ ਪਾਲਾ ਐ ਨਾ ਘੁੱਟ ਕੇ ਦੋਨੇ ਹੱਥਾਂ ਨਾਲ ਵਾਹਿਗੁਰੂ ਕਿਰਪਾ ਕਰੇ ਠੀਕ ਆ ਕੀ ਹਾਲ ਨੇ ਉਸਤਾਦ ਉਸਤਾਦ ਤੇਰਾ ਨਾਂ ਕੀ ਆ ਮੇਰਾ ਨਾਂ ਅਰਸ਼ ਨਾਈ ਅਰਸ਼ਦੀਪ ਸਿੰਘ ਓਦਾਂ ਮੇਰਾ ਪਿੰਡ ਸੰਗੂਲ ਆ ਪੈਟਰੋਲ ਪੰਪ ਸਾਡਾ ਆਪਣਾ ਹੀ ਆ ਅੱਛਾ ਦੇਖਿਆ ਯਾਰ ਤੂੰ ਸੰਗੂਲ ਲਿਆ ਨੀ ਕਦੇ ਮੈਂ ਗਿਆ ਵੀਰੇ ਤੇਰੇ ਕੋਲ ਜਾ ਕੇ ਮੁੱਛਾਂ ਬਣਵਾ ਕੇ ਆਇਆ ਸੀ ਮੈਂ ਭੁੱਲ ਗਿਆ ਤੂੰ ਭੁੱਲ ਗਿਆ ਦਾੜੀ ਤੇਰੀ ਭਾਈ ਕਰਲੀ ਕਰਾਈ ਸੀ ਕਰਲੀ ਭੁੱਲ ਜਾਂਦਾ ਤੂੰ ਮੈਂ ਜਾਦੇ ਦੇ ਨਾਲ ਹੀ ਆਇਆ ਸੀ ਲੈ ਮੈਂ ਜਾਦੇ ਨੂੰ ਪੁੱਛ ਲਈ ਜਦੋਂ ਮਿਲੂਗਾ ਉਹਨੂੰ ਪੁੱਛ ਲਈ ਕਿ ਬਾਈ ਗੁਰਪ੍ਰੀਤ ਨੂੰ ਮਿਲਿਆ ਇੰਸਟਾ ਤੇ ਮੇਰੀ ਆਈ ਡੀ ਦੇਖ ਲਈ ਕੱਢ ਕੇ ਦੇਖਾਂਗੇ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਹੈ ਬਾਈ ਠੀਕ ਹੋ ਜਿਉਂਦਾ ਬਸਦਾ ਰਹਿਣ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਦੇ ਭਰਾ ਜਦੋਂ ਕਈ ਵਾਰੀ ਨਾ ਮੈਂ ਵੀ ਆਪਣੀ ਜ਼ਿੰਦਗੀ ਚ ਇੱਕ ਵਾਰੀ ਏਦਾਂ ਗੁੱਸੇ ਚ ਆ ਗਿਆ ਸੀ ਟੈਨਸ਼ਨ ਲੈ ਗਿਆ ਸੀ ਮੇਰੀ ਕੋਈ ਪ੍ਰੋਬਲਮ ਆ ਗਈ ਸੀ ਜ਼ਿੰਦਗੀ ਬਹੁਤ ਬੰਦਿਆਂ ਨੂੰ ਆਉਂਦੀ ਹੈ ਪਰ ਖੜ ਕੇ ਸੋਚ ਕੇ ਦੋ ਮਿੰਟ ਮਨ ਚ ਅਰਦਾਸ ਕਰਕੇ ਮਹਾਰਾਜ ਦਾ ਸ਼ੁਕਰਾਨਾ ਕਰਕੇ ਆਪਾਂ ਅੱਗੇ ਤੁਰੀਏ ਸਭ ਠੀਕ ਹੋ ਜਾਂਦਾ ਉਹਨਾਂ ਨੇ ਚਲੋ ਅੱਜ ਦਵਾਈ ਦਵਾਵਾਂਗੇ ਦਵਾਈ ਖਾਏਗਾ ਨਾ ਖਾ ਲੇਗਾ ਨਾ ਤੂੰ ਚਾਹੁੰਦਾ ਨਾ ਤੇਰੇ ਘਰ ਚ ਖੁਸ਼ੀਆਂ ਹੋਣ ਸੁੱਖ ਸ਼ਾਂਤੀ ਆਵੇ ਚਾਹੁੰਦਾ ਨਾ ਕੋਈ ਨਾ ਇਹ ਤੇਰਾ ਭਰਾ ਤੇਰੇ ਨਾਲ ਆ ਬਾਈ ਹਨਾ ਰਿਸ਼ਤੇਦਾਰੀ ਨਿਭਾਉਣ ਆਇਆ ਕੋਈ ਨਾ ਹਟ ਜਾਓ ਵਾਹਿਗੁਰੂ ਮਿਹਰ ਕਰਨਗੇ ਜੇ ਨਹੀਂ ਲੋਟ ਆਊਗਾ ਫਿਰ ਇੱਥੇ ਰੱਖ ਲਾਂਗੇ 10 ਦਿਨਾਂ ਬਾਅਦ ਥੋੜਾ ਜਿਹਾ ਪੈਸਾ ਪੂਸਾ ਹੋਊਗਾ ਸਿਰ ਬਸ ਉਸੇ ਦੀ ਟੈਨਸ਼ਨ ਲਈ ਸਭ ਉੱਤਰ ਜਾਂਦੀਆਂ ਇਹ ਚੀਜ਼ਾਂ ਪੈਸਾ ਤਾਂ ਕਾਗਜ਼ ਆ ਬਾਈ ਹੱਥਾਂ ਦੀ ਮੈਲ ਆ ਅੱਜ ਕਿਸੇ ਕੋਲੇ ਆ ਕੱਲ ਨੂੰ ਤੇਰੇ ਕੋਲੇ ਆ ਠੀਕ ਆ ਤੂੰ ਅਭੀ ਲੈ ਕੇ ਗਏ ਚੈੱਕਅਪ ਕਰਾਓ ਬਾਈ ਦਾ ਜਾ ਕੇ ਧੰਨਵਾਦ ਅਸੀਂ ਕਰਦੀ ਰਹੇ ਪਿੰਡ ਕਿਵੇਂ ਆ ਕੋਈ ਨਾ ਵਾਹਿਗੁਰੂ ਕਿਰਪਾ ਕਰਨਗੇ ਆਪਾਂ ਕਰਦੇ ਆ ਪਤਾ ਇਹਦੇ ਪਰੇਸ਼ਨ ਦਾ ਦੇਖੋ ਬਾਪੂ ਦੇ ਬੇਟੇ ਦੀ 12-13 ਸਾਲ ਪਹਿਲਾਂ ਸਿਰ ਦੀ ਹੱਡੀ ਕੱਢ ਕੇ DMC ਹਸਪਤਾਲ ਚ ਰੱਖੀ ਹੋਈ ਆ ਦੁਬਾਰਾ ਪਵਾਈ ਨਹੀਂ ਹੋਈ ਬੇਟਾ ਵੀ ਢਿੱਲਾ ਹੋ ਗਿਆ ਬਾਪੂ ਨੇ ਵੀ ਜ਼ਮੀਨ ਵੇਚ ਕੇ ਬੇਟੇ ਤੇ ਲਾ ਦਿੱਤੀ ਹੁਣ 1500 ਰੁਪਇਆ ਮਹੀਨੇ ਜਿਹੜੀ ਪੈਨਸ਼ਨ ਮਿਲਦੀ ਉਹਦੇ ਤੇ ਗੁਜ਼ਾਰਾ ਹੋ ਰਿਹਾ ਅੱਜ ਹੀ ਬਾਪੂ ਸਵੇਰੇ ਗੱਲ ਕਰਦਾ ਹਟਿਆ ਵੀ ਇਹਦਾ ਆਪਰੇਸ਼ਨ ਕਰਾਉਣਾ ਵੀ ਸਾਡਾ ਕਾਰਡ ਬਣ ਗਿਆ 5 ਲੱਖ ਵਾਲਾ ਉਹਦੇ ਤੇ ਆਪਰੇਸ਼ਨ ਹੋ ਜਾਊਗਾ ਕਿ ਨਹੀਂ ਹੋ ਜਾਊਗਾ ਤੇ ਜੇ ਕਿਸੇ ਭੈਣ ਭਰਾ ਨੂੰ ਪਤਾ ਵਾ ਵੀ ਜੇ ਹੋ ਜਾਊਗਾ ਇੱਦਾਂ ਦਾ ਆਪਰੇਸ਼ਨ ਉਹ ਵੀ ਸਾਨੂੰ ਦੱਸਿਓ